ਹਾਂ ਜੀ, ਅਸਲਾਮ ਵਾਲੇਕਮ ਚਾਚੇ ਦਿਓ, ਕੀ ਹਾਲ? ਵੈਲਕਮ ਬੈਕ ਅੰਦਰ ਵਿਲਾਗ। ਜਿਸ ਤਰ੍ਹਾਂ ਤੁਹਾਨੂੰ ਪਤਾ ਵਾ, ਰਿਆਜ਼ ਦਾ ਲੋਡ ਲੱਦਿਆ ਅਤੇ ਗੱਡੀ ਮਤਲਬ ਮੁਬਾਰਕ ਤੋਂ ਅਗਲੇ ਪਾਸੇ ਰਾਤੀ ਜਨਾਬ ਸੁੱਤੇ ਆ, ਉੱਥੇ ਬਿਲਕੁਲ ਉੱਠ ਕੇ ਟੁਰ ਪਏ ਆ। ਹੁਣ ਤਕਰੀਬਨ 7:30-8 ਦਾ ਟਾਈਮ ਹੋ ਗਿਆ, ਠੀਕ ਹੈ। ਰੋਡ ਪਏ ਆ, ਕਿਉਂਕਿ ਤੁਹਾਨੂੰ ਪਤਾ ਹੈ ਰੋਡ 'ਤੇ ਥੋੜ੍ਹੇ ਜੰਪ ਸ਼ੰਪ ਪੈਣ, ਅੱਜ ਕੱਲ੍ਹ ਰੋਡ ਚੱਲਦਾ ਇਹ ਹੀ ਹੈ, ਮੱਕੇ ਵੱਲ ਤੋਂ ਜਾਣ ਹੀ ਨਹੀਂ ਨਾ ਦਿੰਦੇ, ਠੀਕ ਹੈ। ਇਸ ਵਜ੍ਹਾ ਤੋਂ ਵੇਖੋ ਨਾ ਇਹ ਸਿੰਗਲ ਰੋਡ ਕਿਸ ਜਗ੍ਹਾ 'ਤੇ ਡਿਵਰਸ਼ਨ ਬਣੇ ਨੇ, ਕਿਸ ਜਗ੍ਹਾ 'ਤੇ ਠੀਕ ਹੈ। ਪਹਾੜੀਆਂ ਸ਼ਾੜੀਆਂ ਮੋੜ ਛੋੜ ਸ਼ੁਰੂ ਕਰਦੇ ਅੱਜ ਦਾ ਵਲੋਗ। ਜਿਹੜੇ ਬੰਦੇ ਚੈਨਲ 'ਤੇ ਨਵੇਂ, ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਲਵੇ। ਟਾਰਗੇਟ ਸਾਡਾ ਹੁਣ ਰਿਆਜ਼ ਹੀ ਹੈ, ਵੇਖੋ ਬੜੀਂਦਾ ਕਿੱਥੇ। ਰੋਹ ਬੜਾ ਪੰਗਾ, ਬਹੁਤ ਜ਼ਬਰਦਸਤ ਹੈ। ਪਰ ਕੱਲ੍ਹ ਜੁਮੇ ਇਨਸ਼ਾਅੱਲਾ ਕੱਲ੍ਹ ਚੜਾਂ ਦੇ ਦਰਾਬ ਨੇੜੇ ਜਾ ਕੇ ਸਮਾਂ ਦੇਣਾ, ਅਤੇ ਘਰ ਜਾ ਦਰਾਬ ਚੜਾਂ ਦੇ ਪਹਿਲੋਂ ਪਤਾ ਕਰ ਲਾਂਦੇ ਵੀ ਖਾਲੀ ਹੁੰਦੀ ਹੈ ਕਿ ਨਹੀਂ। ਨਹੀਂ ਤਾਂ ਏਡੀ ਹੈਗਾ ਟੋਰਨੇ ਦੀ ਲੋੜ ਹੀ ਕੋਈ, ਜਿਵੇਂ ਬਜਾ ਬਜਾ ਕੇ ਮਦੀਨੇ ਗਏ ਉਹ ਖਾਲੀ ਕੋਈ ਨਹੀਂ ਹੋਈ, ਠੀਕ ਹੈ। ਸਾਰੀ ਤਰਤੀਬ ਉਹਨਾਂ ਕੋਲ ਪਤਾ ਕਰ ਲੈਂਦੇ, ਠੀਕ ਹੈ। ਅਤੇ ਆ ਜਾਓ ਚਲੀਏ ਸਹਿਲਾਂ ਤੋਂ ਬਾਅਦ ਜਨਾਬ ਆਖਰੀ ਲੈਫਟ ਜਿਹੜਾ ਰਿਆਜ਼ ਹਾਲਤੀ ਕਰਨਾ, ਉਹ ਕਰਨ ਲੱਗਿਆ ਇਸ਼ਾਰੇ ਉੱਤੇ ਜਿਹੜਾ ਉਹਦੀ ਵਾਰੀ ਰਾਈਟ ਕਰੀਦਾ ਨਾ, ਹੁਣ ਉਹ ਕਰਨਾ ਲੈਫਟ, ਠੀਕ ਹੈ। ਕਿਉਂਕਿ ਅੱਗੇ ਇਤੋਂ ਬਤੇਰੀ ਵਾਰੀ ਗਏ ਹਾਂ, ਲੇਕਿਨ ਆਪਣੇ ਗਰੁੱਪ ਵਿੱਚ ਕੋਈ ਨਹੀਂ ਐਸੀ ਇਨਫੋਰਮੇਸ਼ਨ ਸ਼ੇਅਰ ਕੀਤੀ ਜਿਹੜੀ ਇਸ ਸਾਈਡ ਤੋਂ ਲੱਦ ਕੇ ਜਾਣ ਵਾਲੀ ਹੈ। ਕਿਉਂਕਿ ਉਦੋਂ ਕਿਤਨੀ ਵਾਰੀ ਆਏ ਹਾਂ, ਇਤੋਂ ਲੱਦ ਕੇ ਜਾਣ ਵਾਲੀ ਕੋਈ ਇਨਫੋਰਮੇਸ਼ਨ ਨਹੀਂ ਸ਼ੇਅਰ ਹੋਈ। ਅਤੇ ਇਨਸ਼ਾਅੱਲਾ ਜਿੱਦੋਂ ਦੀ ਲੱਦ ਕੇ ਆ, ਇਸ਼ਾਰਾ ਇਸ਼ਾਰੇ ਉੱਤੋਂ ਜਨਾਬ ਲੈਫਟ ਹੋ ਜਾਣਾ ਸੀ, ਉਹ ਅਗਲੇ ਪਾਸੋਂ ਗੱਡੀਆਂ ਪਈਆਂ ਹੁੰਦੀਆਂ, ਇਸ਼ਾਰਾ ਹੁਣ ਬੰਦ ਹੈ। ਉਸ ਤੋਂ ਬਾਅਦ ਜਨਾਬ ਅੱਲਾ ਤੁਹਾਡਾ ਭਲਾ ਕਰੇ, ਰਿਆਜ਼ ਰੋਡ ਇੱਥੋਂ ਤਕਰੀਬਨ 800 ਕਿਲੋਮੀਟਰ ਸਫ਼ਰ ਹੈ, 10-20 ਗਾਟ ਜਾਂ ਵੱਧ ਹੈ। ਰਿਆਜ਼ ਰੋਡ 'ਤੇ ਸਫ਼ਰ ਸ਼ੁਰੂ ਹੋਏ, ਅਲ ਮੋਇਆ ਆ ਗਿਆ, ਠੀਕ ਹੈ। ਮੋਇਆ ਤੋਂ ਬਾਅਦ ਜ਼ੁਲਮ, ਇਸ ਤਰ੍ਹਾਂ ਅਗਾਂ ਸ਼ਹਿਰ ਆਉਂਦੇ ਜਾਣ ਦੇ, ਸੜਕ ਨੂੰ ਹੌਲੀ ਹੌਲੀ ਛੱਡਦੇ ਛੱਡਦੇ, ਤਕਰੀਬਨ ਜੇ ਮੈਂ ਝੂਠ ਨਹੀਂ ਪਿਆ ਬੋਲਦਾ, ਤਕਰੀਬਨ 600 ਕਿਲੋਮੀਟਰ ਸਫ਼ਰ ਹੈ ਅਲਮੋਇਆ। ਅਲਮੋਇਆ ਆ ਗਿਆ, ਵੇਖਿਆ ਇੰਗਲਿਸ਼ ਵਿੱਚ ਸਾਈਆਂ ਲਿਖਿਆ। 10-15 ਮਿੰਟ ਗੱਡੀ 'ਚ ਸਟੇ ਕਰਾਉਣਾ, ਉਸ ਤੋਂ ਬਾਅਦ ਫਿਰ ਨਿਕਲਾਂਗੇ। ਮੋਏ ਕਰ ਲਵੀਏ ਜਾਂ ਉਮੀਆਦ ਟੁਰ ਚਲੀਏ। ਰੋਡ ਤੁਹਾਨੂੰ ਪਤਾ ਹੈ ਭਾਅ ਜੀ, ਜਿਹਦੇ ਵਿੱਚ ਹੁਣ ਸਾਊਦੀ ਅਰਬ 'ਚ ਟਰਾਲਿਆਂ ਵਾਲਾ ਜਿਹੜਾ ਰੋਡ ਹੈ ਨਾ, ਟਰੈਕ, ਉਹ ਤੁਹਾਨੂੰ ਨਾ ਹੀ ਦੇ ਲੱਭਣਾ, ਠੀਕ ਹੈ। ਇਹ ਵੇਖੋ ਸਾਰਾ ਜੱਗ ਧਾੜ ਧਾੜ ਹੀ ਹੁੰਦੀ ਹੈ ਭਾਈ। ਸਪੀਡ ਵੀ ਤੁਸੀਂ ਵੇਖ ਲਓ ਸਾਡੀ, 60-65 ਦੀ ਸਪੀਡ 'ਤੇ ਜਾ ਰਹੇ ਹਾਂ ਸਿਰਫ ਇਸ ਰੋਡ ਕਰਕੇ। ਮੋਏ ਤੋਂ ਅੱਗੇ ਜਨਾਬ ਹੈ ਕੱਟ ਜ਼ੁਲਮ ਵਾਲਾ, ਹੈ ਜਿਹੜਾ ਕੱਟ ਜਿੱਥੇ ਹੈ ਸਾਹਮਣੇ ਹੈ, ਟੂਟੂ ਨਾਣਾ ਵੀ ਬਣੇ ਹੈ, ਠੀਕ ਹੈ। ਇਹ ਕੱਟ ਜਾ ਰਿਹਾ ਜ਼ੁਲਮ ਵੱਲ, ਜ਼ੁਲਮ ਹੈ ਜ਼ੁਲਮ ਤੋਂ ਅੱਗੇ ਹੁਣ ਅਲਬਾਨ ਹੈ, ਅਲਬਾਨ ਅਲਬਾਨ ਗਰਮੀ ਵਾਹ ਹੈ, ਇਸ ਵਾਸਤੇ ਆਰਾਮ ਆਰਾਮ ਨਾਲ ਨਾ
से चल रहे हैं। ये 60 की स्पीड है, 60-65 की स्पीड है बस। ਲਿਖਿਆ ਜੇ ਤੁਹਾਨੂੰ ਜ਼ੂਮ ਕਰਵਾਵਾਂ, ਬਲਦੀਆ ਜ਼ੁਲਮ ਤਰਹੱਬਕੁਮ, ਬਲਦੀਆ ਜ਼ੁਲਮ। ਜਨਾਬ ਉਸ ਜ਼ੁਲਮ ਵਾਲੇ ਮੱਤੇ ਉੱਤੇ ਹੋਟਲ ਹੈ ਮਤਾਮ ਹੋਟੇਲ ਬਿਲ ਪਾਕਿਸਤਾਨੀ, ਇੱਥੋਂ ਖਾਣ ਲੱਗਿਆ ਰੋਟੀ ਪਾਣੀ। ਜਨਾਬ ਨਹਾਤੇ ਛਾਤੇ ਹਾਂ, ਇੱਕ ਵਾਰ ਫਰੈਸ਼ ਹੋਏ ਹਾਂ, ਹੁਣ ਰੋਟੀ ਖਾ ਕੇ ਫਿਰ ਪੋਲਾ ਪੋਲਾ ਨਿਕਲਦੇ ਹਾਂ ਕਿਉਂਕਿ ਸਫ਼ਰ ਹੈ ਬਥੇਰਾ। ਰੋਟੀ ਖਾਧੀ ਹੈ, ਮਾਸ਼ਾਅੱਲਾ ਬਹੁਤ ਅੱਛਾ ਟੇਸਟ ਹੈ, ਆਮ ਜਿਹਾ ਸਾਦਾ ਜਿਹਾ ਹੋਟਲ ਹੈ ਅਤੇ ਟੇਸਟ ਮਾਸ਼ਾਅੱਲਾ ਅੱਛਾ, ਨਮਕੀਨ ਖਾਧਾ ਅਤੇ ਉਹਦਾ ਟੇਸਟ ਮੈਨੂੰ ਬੜਾ ਅੱਛਾ ਲੱਗਿਆ, ਬਾਕੀ ਕੋਈ ਸ਼ਾਇਦ ਨਹੀਂ ਖਾਧੀ। ਜਿਉਂ ਤੁਸੀਂ ਜ਼ੁਲਮ ਵੜਨਾ ਹੈ ਨਾ ਅਤੇ ਪਹਿਲਾਂ ਦਰੀਸ ਵਾਲਾ ਮੱਤਾ ਆਉਣਾ, ਫਿਰ 1 ਕਿਲੋਮੀਟਰ ਤੋਂ ਬਾਅਦ ਦੂਸਰਾ ਆਉਣਾ, ਦੂਸਰੇ ਦਰੀਸ ਵਾਲੇ ਮੱਤੇ ਤੋਂ ਬਿਲਕੁਲ ਬਾਅਦ ਸਾਵੀ ਸਾਵੀ ਜਨਾਬ ਜੀ ਦੇ ਦੋ ਡੈਕੋਰੇਸ਼ਨ ਹੋਈ ਹੈ ਅਤੇ ਮਤਾਮ ਅਲੀ ਬਾਓ ਅਤੇ ਯੇਲਾ ਹੋਟੇਲ ਅਲ ਪਾਕਿਸਤਾਨੀ। ਠੀਕ ਹੈ, ਇੱਥੋਂ ਲਾਜ਼ਮੀ ਤੁਸੀਂ ਆ ਕੇ ਇੱਕ ਵਾਰੀ, ਜਿਹੜਾ ਬੰਦਾ ਇੱਥੇ ਹੁੰਦਾ ਉਹ ਲਾਜ਼ਮੀ ਇੱਕ ਵਾਰ ਟਰਾਈ ਕਰੇ। ਕਈਆਂ ਕੀਤੇ ਆ ਵੀ ਹੋਣਾ, ਇਹ ਜਿਹਨਾਂ ਕੀਤੇ ਆ ਨਾ ਆਖਿਆ ਅਸੀਂ ਅੱਗੇ ਵੀ ਉੱਥੋਂ ਖਾਂਦੇ ਹਾਂ, ਮੈਂ ਉਹਨਾਂ ਵਾਸਤੇ ਕਰਦਾ ਜਿਹਨਾਂ ਇੱਥੋਂ ਨਹੀਂ ਟੇਸਟ ਕੀਤਾ। ਠੀਕ ਹੈ, ਅਤੇ ਆ ਜਾਓ ਸਲਫ ਮਾਰ ਕੇ ਨਿਕਲਦੇ ਹਾਂ ਕਿਉਂਕਿ ਸਫ਼ਰ ਹੈ ਸਾਡਾ, ਬਥੇਰਾ ਪਏ ਹੈ। ਅਸੀਂ ਜਨਾਬ ਰੋਡ ਪੈ ਗਏ ਸਲਫ ਮਾਰ ਕੇ, ਔਰ ਪਰਲੇ ਪਾਸੇ ਸਾਊਦੀਆਂ ਦੀ ਗੱਡੀ ਜਨਾਬ ਨਖੇੜ ਹੁੰਦੀ ਹੈ ਦੂਰੋਂ, ਦੇਖਿਆ ਆਇਆ ਸਾਊਦੀਆਂ। ਅਤੇ ਆਸਤਾ ਆਸਤਾ ਚੱਲਦੇ ਹਾਂ, ਸੁਬਹਾ ਨੋ ਐਂਟਰੀ, ਕੋਈ ਨਹੀਂ ਸੁਬਹਾ ਦਰਾਬ ਚੜ੍ਹਾਂਦੇ ਇਨਸ਼ਾਅੱਲਾ, ਜਿਸ ਵੇਲੇ ਵੀ ਪਹੁੰਚੋ ਸਾਹ ਤਕਰੀਬਨ ਅਗਰ ਨੇੜੇ ਟੁਰ ਜਾਂਦੇ ਹਾਂ। ਹੁਣ ਇੱਕ ਵਾਰੀ ਰੋਟੀ ਟੁੱਕਰ ਵੀ ਖਾ ਲਿਆ, ਅਗਾਂਹ ਕਿਤੇ 100-200 ਤੋਂ ਬਾਅਦ ਚਾਹੇ ਦਾ ਕੱਪ ਪੀਵਾਂ ਅਤੇ ਉਹ ਵੀ ਆਪਣਾ ਬਣਾ ਕੇ, ਉਸ ਤੋਂ ਬਾਅਦ ਇਨਸ਼ਾਅੱਲਾ ਆਗਾ। ਹੋਮੀਆਤ ਆ ਗਿਆ ਜਨਾਬ, ਹੋਮੀਆਤ ਹੁਣ ਇਸ ਤੋਂ ਬਾਅਦ ਖਾਸਰਾ ਆਉਣਾ। ਹੋਮੀਆਤ ਬ੍ਰਿਜ, ਹੋਮੀਆਤ ਇਸ ਤੋਂ ਪਰਲੀ ਸਾਈਡ 'ਤੇ ਹੋਮੀਆਤ ਹੈ, ਜਿੱਥੇ ਇੱਕ ਵਾਰੀ ਖੜ੍ਹੇ ਰਹੇ ਆਸ ਮੱਲੀ ਦੀ ਗੱਡੀ ਨਾ ਹੀ ਥੋੜ੍ਹੀ ਬੜੀ ਲੱਗੀ ਤੇਲ ਦੀ ਵਜ੍ਹਾ ਤੋਂ, ਇਹ ਉਹ ਹੋਮੀਆਤ ਹੈ। ਸਾਹਮਣੇ ਆਬਾਦੀ ਹੈ ਇਹ ਹੋਮੀਆਤ ਦੀ, ਇਸ ਤੋਂ ਬਾਅਦ ਉਹਨਾਂ ਨੇ ਅਲ ਖਾਸਰਾ ਆ ਗਿਆ, ਖਾਸਰਾ ਅਲ ਖਾਸਰਾ। ਠੀਕ ਹੈ, ਖਾਸਰਾ ਅਸੀਂ ਕ੍ਰਾਸ ਕਰਨੇ ਹਾਂ। ਅੱਲਾ ਤੁਹਾਡਾ ਭਲਾ ਕਰੇ। ਟਾਈਮ ਹੋ ਗਿਆ 18:06, ਯਾਨੀ 7:06 ਖਾਸਰਾ। ਜਨਾਬ ਖਾਸਰਾ ਮੁੱਕ ਵੀ ਗਿਆ ਜੀ। ਜਨਾਬ ਆ ਗਿਆ ਅਲ ਗਵਈਆ, ਇਹ ਸਾਹਮਣੇ ਪਹਾੜ ਦੇ ਉੱਤੇ ਸਹੀ ਇੰਗਲਿਸ਼ ਵਿੱਚ ਲਿਖੇ ਹੈ, ਤੁਹਾਨੂੰ ਪਤਾ ਨਹੀਂ ਸਾਫ਼ ਪੈ ਦਿਸਦਾ ਜਾਂ ਨਹੀਂ। ਅਲ ਗਵਈਆ ਮਜ਼ੀਦ
ਸ਼ਹਿਰ ਅਗਲੇ ਪਾਸੇ ਆ ਜਾ ਜੀ। ਤੇ ਜਵਾਨਾ ਅਸੀਂ ਬਿਲਕੁਲ ਜੱਲਾ ਪਿੰਡ ਇਹਨਾਂ ਦਾ ਜੱਲਾ ਜੀਮ ਲਾਮ ਏ ਉਸ ਤੋਂ ਤਕਰੀਬਨ 20 ਕਿਲੋਮੀਟਰ ਪਹਿਲੋਂ ਇੱਕ ਮੱਤ ਹੈ ਉੱਥੇ ਜਨਾਬ ਗੱਡੀ ਖਿਲਾਰ ਜਿਹੜੀ ਏ ਪਾਰਕਿੰਗ ਲਾ ਛੱਡੀਏ ਤੇ ਹੁਣ ਆ ਗਈ ਨੀਂਦਰ ਤੇ ਹੁਣ ਇੱਥੇ ਲੱਗੇ ਹਾਂ ਸੌਣ। ਦਰਿਆ ਸੂਬਾ ਖੁੱਲ੍ਹੇ ਹੀ ਏ ਸਾਰੀਆਂ ਗੱਡੀਆਂ ਇੰਜ ਹੀ ਆ ਦਿਨ ਸੂਬਾ ਖੁੱਲ੍ਹਾ ਅਤੇ ਇਸ ਵਜ੍ਹਾ ਤੋਂ ਸਾਰੇ ਸੌਂਦੇ ਨੇ ਪਏ ਲੈਣ ਤਾਂ ਰਸ਼ ਹੋਣਾ ਹੀ ਹੈ ਪਰ ਅੱਲਾ ਖੈਰ ਰੱਖੇ ਤਾਂ ਅਸੀਂ ਜਨਾਬ ਪੋਲਾ ਪੋਲਾ ਚੜ ਜਾਂਦੇ ਸੂਬਾ 5-6 ਵਜੇ ਉੱਠਾਂਗੇ ਅਤੇ ਆਰਾਮ ਸਕੂਨ ਨੇ ਇਨਸ਼ਾਅੱਲਾ ਟੋਰ ਚੱਲਾਂਗੇ ਠੀਕ ਹੈ। ਤੁਸੀਂ ਵੇਖਿਆ ਬਸ ਹੀ ਅੱਲਾ ਤੁਹਾਡਾ ਭਲਾ ਕਰੇ ਕਿੱਥੋਂ ਉੱਠੇ ਹਾਂ ਸੇਲਾਂ ਤੋਂ ਮੱਤੇ ਮੁਬਾਰਕ ਤੋਂ ਅਗਲੇ ਪਾਸੇ ਨਾ ਅਸ਼ੁਰਤਾ ਖਾਨਾ ਉੱਥੇ ਸੁੱਤੇ ਤਾਂ ਉੱਥੋਂ ਆਰਾਮ ਆਰਾਮ ਨਾਲ ਉੱਠ ਰਹੇ ਹਾਂ ਤਕਰੀਬਨ ਘੱਟੋ ਘੱਟ ਵੀ 100 ਅਤੇ ਬਾਕੀ 100-150 ਇਹ ਰਹਿ ਗਿਆ ਯਾਨੀ 750-750 ਕਿਲੋਮੀਟਰ ਸਫ਼ਰ ਕੀਤਾ ਲੋਡ ਗੱਡੀ ਦਾ ਵਿੱਚ ਇੱਕ ਵਾਰੀ ਸਟੇ ਕੀਤਾ ਖਾਣਾ ਖਾਣੇ ਦਾ ਤਾਂ ਉਸ ਤੋਂ ਬਾਅਦ ਲਗਾਤਾਰ ਆਇਆ ਅਤੇ ਇੱਥੇ ਹੁਣ ਆ ਬ੍ਰੇਕ ਮਾਰੀਏ ਠੀਕ ਹੈ ਅਤੇ ਐਂਡ ਕਰਦੇ ਅੱਜ ਦੇ ਵਲਾਗ ਦਾ ਇਨਸ਼ਾਅੱਲਾ ਜ਼ਿੰਦਗੀਆਂ ਰਹੀਆਂ ਅਤੇ ਸੁਬਾਹ ਨਵਾਂ ਵਲਾਗ ਨਵੀਂ ਵੀਡੀਓ ਉਸੇ ਤੋਂ ਜਨਾਬ ਅੱਲਾ ਦੇ ਵਾਲੇ ਹੱਸਦੇ ਰਹੋ ਵਸਦੇ ਰਹੋ ਦੁਆਵਾਂ 'ਚ ਰੱਖਿਆ ਯਾਦ ਪਾਕਿਸਤਾਨ ਜ਼ਿੰਦਾਬਾਦ।